Good morning, guys. निकलने लगे हैं गाइस, सुबह टाइम हो गया है कुछ 10:30। ओहो, तो बस अब निकलेंगे हम। पहले अपने भाइयों को उठाता हूँ, उठाने के बाद आप सबसे मिलता हूँ। पहले काम में बैठ लीजिए जरा। तो पहला पकौड़े खाने चलिए कि पहला शेक पी लिए? नहीं, शेक ले जाओ, मैं बोल रहा हूँ। कोई ना, चलो लैवा कट कर दूंगा, डोंट वरी डोंट वरी ब्रो। मैनू पता है साडी सारी फैमिली देखदी है, मैनू पता। मैनू शेक दा मेन है ब्रो, कफे कफे। सो गाइस, कॉफी हाउस आ गए। मैनू हुण बार बार बोलना पैना, क्यों? क्योंकि इत्थे गाने वगैरह ला रखे है। एंड चलो गाइस, जानू दा कॉपीराइट आई जाना है। नजारा आ रखा ये देखो। उपर देख, उपर उपर देख जरा। ओए होए होए होए, अगे बहुत वधिया होना चाहिए, अगे बहुत। हाँ, ਪਤਾ ਸਾਡਾ ਕਹਿੰਦੇ ਕੁਛ ਵੀ ਹੈ ਨਹੀਂ ਗਾ ਕਿ ਇਧਰੋਂ ਲੈ ਵੀ ਨਿਕਲ ਸਕਦੇ ਹਾਂ। ਸਾਡਾ ਪਤਾ ਕੁਛ ਵੀ ਨਹੀਂ ਹੈਗਾ। ਦੇਖ ਲਓ, ਗੱਡੀ ਹਜੇ ਵਰਿੰਦਾਵਨ ਤੋਂ ਆਈ ਆ, ਫੇਰ ਪੈ ਗਈ ਆ। ਗਾਇਸ, ਕਾਂਗੜਾ ਮਾਤਾ ਦੇ ਆ ਗਏ ਆ, ਮਾਤਾ ਬ੍ਰਿਜੇਸ਼ਵਰੀ ਟੈਂਪਲ। ਆਹ ਭਾਈ ਸਾਹਿਬ ਖੜੇ ਹੋਏ ਆ, ਬੜੇ ਤੰਗ ਆਏ ਆ। ਸਾਨੂੰ ਵੀ ਬਤਾਤਾ ਵਿੱਚ ਹੀ ਜਚਣ ਡਿਆ ਵਾ, ਜਚਣ ਡਿਆ ਸੁਮੀ ਸੁਮੀ। ਕੀ ਗਈ ਹੈ? ਘਰ ਲਿਆਂਦੇ ਸੀਗੇ, ਉਹ ਗੱਲ ਜੀ ਨਹੀਂ ਬਣੀ। ਮਾਤਾ ਬ੍ਰਿਜੇਸ਼ਵਰੀ ਟੈਂਪਲ ਪਹੁੰਚ ਗਏ ਗਾਇਸ। ਸਾਰਾ ਪੂਰੀ ਪਬਲਿਕ ਦੇਖਣ ਲੱਗ ਪਈ। ਹੋਰ ਉੱਚੀ ਬੋਲ, ਹੋਰ ਉੱਚੀ ਬੋਲ। ਜੁੱਤੀਆਂ ਲੈ ਲਓ ਗਾਇਸ, 150-150 ਦੀਆਂ ਮਿਲ ਰਹੀਆਂ ਇੱਥੇ। ਅਸੀਂ 35-35 ਸੌ ਲਾਤਾ, 150-150 ਦੀ ਕਰਾਓ। ਇਹੀ ਤਾਂ ਫੰਕਸ਼ਨ ਹੁੰਦਾ ਬ੍ਰੋ। ਕਾਪੀਆਂ ਲੈ ਲਓ ਗਾਇਸ, ਕਾਪੀਆਂ ਲੈ ਲਓ। ਹਮ 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 ਹਮ
ਗਾਇਸ ਕਮੈਂਟ ਕਰਕੇ ਦੱਸੋ ਕੌਣ ਕੌਣ ਕਾਂਗੜਾ ਮਾਤਾ ਦੇ ਆਇਆ ਹੋਇਆ। ਕੱਲ ਨੂੰ ਕਰੂੰਗੇ ਕਮੈਂਟ, ਲੇਕਿਨ ਮੈਨੂੰ ਕਹਿਣਾ ਤਾਂ ਅੱਜ ਪੈਣਾ ਨਾ। ਬਾਟਾ ਦਾ ਸ਼ੋਰੂਮ ਵੀ ਹੈਗਾ। ਸੋ ਗਾਇਸ ਸਭ ਤੋਂ ਮਹਿੰਗਾ ਸ਼ੋਰੂਮ ਜੋ ਇਸ ਏਰੀਆ ਦਾ ਹੈਗਾ ਉਹ ਹੈ ਬਾਟਾ ਆਲ ਵੈਦਰ। ਹਾਂ ਆ ਲਓ ਗਾਇਸ, ਤੁਹਾਨੂੰ ਐਲ ਵੀ ਦੀ ਕਾਪੀ ਮਿਲੂਗੀ ਇੱਥੇ। ਨਹੀਂ ਆਲ ਵੈਦਰ ਆ, ਸਾਡੇ ਚੱਲਦਾ ਹੀ ਬਹੁਤ। ਜੈ ਹੋ ਜੈ ਹੋ ਜੈ ਹੋ ਗਾਇਸ, ਜੈ ਹੋ ਜੈ ਮਾਤਾ ਦੀ ਗਾਇਸ, ਜੈ ਮਾਤਾ। ਇੱਥੋਂ ਖਾਣਾ 302 ਓਏ ਸੁੰਮੀ 302 ਗਾਇਸ, ਕੈਲੇਸਟ੍ਰੋਲ ਲੈ ਲਓ ਕੈਲੇਸਟ੍ਰੋਲ। ਗਾਇਸ ਵੀਰੇ ਮੈਨੂੰ ਲੱਗ ਰਿਹਾ ਚੜਾਈ ਜ਼ਿਆਦਾ ਹੋ ਗਈ ਆ। ਘੋੜਿਆਂ ਤੋਂ ਨਹੀਂ ਜਾਂਦੇ ਹੁੰਦੇ ਪਹਿਲਾਂ ਯਾਰ ਆਪਾਂ ਇੱਥੇ। ਹੈਲੋ ਗਾਇਸ, ਗੈਟ ਆਊਟ ਮਾਈ ਚੈਨਲ। ਚੜਾਈ ਪਹਿਲਾਂ ਨਾਲ ਜ਼ਿਆਦਾ ਹੋ ਗਈ ਯਾਰ ਇੱਥੇ, ਪਹਿਲਾਂ ਘੱਟ ਹੁੰਦੀ। ਰੰਗ ਦੇਖੋ ਪਾਏ ਹੋ ਇਹਨਾਂ ਨੇ, ਕੜੀ ਚ ਡੁੱਬ ਗਏ ਗਾਏ ਦੇ, ਕੜੀ ਚ ਕੜੀ ਚ ਡਿੱਗੇ ਸੀਗੇ ਇਹ। ਬਹੁਤ ਰਸ਼ ਆ ਗਾਇਸ, ਬਹੁਤ ਰਸ਼ ਆ। ਗਾਇਸ ਵੀਰੇ ਗਾਇਸ, ਉਹਦੇ ਮੋਹਰੇ ਨਾ ਮਜੀਸ਼ੀਅਨ ਰਤਨਾਗਿਰੀ ਆਇਆ, ਮਜੀਸ਼ੀਅਨ ਰਤਨਾਗਿਰੀ ਰਤਨਾਗਿਰੀ ਸਾਰਿਆਂ ਨੂੰ ਕੜੀ ਕੁੜੀ ਕਿਤੇ ਟੱਕਰੀ ਲੱਗਦੀ ਸਾਰੀ ਇਕੱਠੀ ਡੁੱਬੇ ਸੀ ਵਿੱਚ। ਗਾਇਸ ਆਹ ਟੈਂਪਲ ਹੈ, ਸ਼ੂਜ਼ ਕਿੱਥੇ ਉਤਾਰਨੇ ਆ ਗਾਇਸ ਵੀਰੇ? ਆਹ ਸਿਰ ਆਇਆ, ਜੈ ਹੋ ਮਹਾਵਾਈ, ਤੇਰੀ ਬਹੁਤ ਬਹੁਤ ਕਿਰਪਾ ਜਿਹੜਾ ਸਾਨੂੰ ਪਜਾਇਆ ਮੰਦਰ ਦਾ ਆ ਰਿਹਾ। ਜੈ ਹੋ ਮਹਾਵਾਈ, ਸਿਰਾ ਮਾਹੌਲ ਹੋ ਰੱਖਿਆ ਗਾਇਸ। ਚਲੋ ਦੇਖੋ ਲਾਲ ਬੈਰਵ ਜੀ, ਗਾਇਸ ਵੀਰੇ ਫੜਿਓ, ਗਾਇਸ ਵੀਰੇ ਫੜਿਓ, ਆ ਫੜਿਓ, ਜੰਪ ਕਰ ਲਾ ਮੈਂ। ਬਹੁਤ ਸਾਲਾਂ ਬਾਅਦ ਆਏ ਹਾਂ ਆਪਾਂ, ਬਹੁਤ ਸਾਲਾਂ ਬਾਅਦ ਆਏ ਹਾਂ। ਲਾਸਟ ਕਦੋਂ ਆਏ ਹੋਵੋਗੇ ਤੁਹਾਡੇ ਹਿਸਾਬ ਨਾਲ? 5-6 ਸਾਲ ਹੋ ਗਏ ਮੇਰੇ ਹਿਸਾਬ ਨਾਲ, 4-5 ਸਾਲ ਹੋ ਗਏ। ਤੂੰ ਕਿੰਨੇ ਚਿਰਾਂ ਬਾਅਦ ਆਇਆ? ਲੈ
ਗਾਇਸ ਆ ਐਂਟਰੈਂਸ ਹੈ ਕਾਂਗੜਾ ਦੇਵੀ ਮਾਤਾ ਦੀ ਸ਼੍ਰੀ ਬ੍ਰਜੇਸ਼ਵਰੀ ਟੈਂਪਲ ਬਹੁਤ ਵਧੀਆ ਮਾਹੌਲ ਬਣਿਆ ਪਿਆ ਗਾਇਸ ਸ਼ੇਰ ਦੇ ਮਾਤਾ ਦੇ ਚਾਰ ਪੰਜ ਇਕੱਠੇ ਹੀ ਆ ਗਾਇਸ ਵੀਰੇ ਮੈਂ ਤਾਂ ਤੁਹਾਨੂੰ ਇੱਕ ਚੀਜ਼ ਦੱਸਣਾ ਹੀ ਭੁੱਲ ਗਿਆ ਆ ਦੇਖੋ ਕਿੰਨਾ ਪੁਰਾਣਾ ਪੇੜ ਆ ਗਾਇਸ ਵੀਰੇ ਹੋਊਗਾ 5000 ਸਾਲ ਪੁਰਾਣਾ ਕਿਉਂਕਿ ਇੱਕ ਨੋਰਮਲ ਪੇੜ ਬਣਨ ਨੂੰ 100 ਸਾਲ ਤਾਂ ਲੱਗ ਹੀ ਜਾਂਦੇ ਆ ਜ਼ਿਆਦਾ ਭਾਜੀ ਹਰਾ ਹੀ ਰਹਿੰਦਾ ਦੇਖੋ ਗਾਇਸ ਵੀਰੇ ਗਾਇਸ ਵੀਰੇ ਬਾਕੀ ਸੁਣਨ ਨੂੰ ਪੁੱਛਣਾ ਜੇ ਕੁਛ ਸੁਣਨ ਨੂੰ ਪਤਾ ਹੋਣਾ ਤਾਂ ਅੱਗਿਓ ਮੁੜਨਾ ਅੱਗਿਓ ਗਾਇਸ ਵੀਰੇ ਆ ਪਹਾੜੀਆਂ ਦੇਖਦੀਆਂ ਤੁਹਾਨੂੰ ਹਾਂਜੀ ਹਾਂ ਦੇਖੋ ਬਰਫ਼ ਦੇਖੋ ਬਰਫ਼ ਤੇ ਆਪਾਂ ਉਹ ਵੀ ਦੇਖਿਆ ਸੁਮੀ ਜੰਮੂ ਆ ਗਏ ਹੋ ਜੇਠ ਕੇ ਇੰਨੀ ਠੰਡ ਹੋ ਗਈ ਜਾ ਕੱਢੋ ਯਾਰ ਕੱਢੋ ਜੈਕਟ ਮੇਰਾ ਭਰਾ ਮੈਂ ਨਹੀਂ ਜਾਣਾ ਇਹਦਾ ਉਹ ਠੰਡ ਬਹੁਤ ਜ਼ਿਆਦਾ ਇੱਥੇ ਰਹਿੰਦਾ ਬਹੁਤ ਜ਼ਿਆਦਾ ਠੰਡ ਆ ਉਹਦੇ ਸਾਰੇ ਜੈਕਟਾਂ ਪਾਈਆਂ ਸੀ ਕਿੱਡੀ ਵਾਰੀ ਪਾਈ ਉਹ ਦੇਖ ਲਾ ਉਹਦੇ ਉੱਧਰ ਓਹੋ ਸੁਮੀ ਓਏ ਕੱਢ ਜੈਕਟ ਕੱਢ ਵਿੱਚ ਲੈ ਪਿਓਰ ਲੈਦਰ ਕੱਢ ਪਿਓਰ ਲੈਦਰ ਹੈਲੋ ਬੂਟ ਲੈ ਕੇ ਬਰਫ਼ ਲੈ ਉਹ ਦੇਖੇ ਨਹੀਂ ਬਰਫ਼ਾਂ ਪਰ ਗਏ ਬਹੁਤ ਬਰਫ਼ਾਂ ਹੋਵੇ ਬਹੁਤ ਯਾਰ ਠੰਡ ਹੋਵੇ ਹਵਾ ਦੇ ਕਿੱਦਾਂ ਚੱਲਦੀ ਆ ਓਏ ਯਾਰ ਉਹ ਬਈ ਬੰਦਿਆਂ ਨੇ ਟੋਪੀਆਂ ਲਈਆਂ ਯਾਰ ਦੇਖ ਤੂੰ ਵੀ ਆ ਕਰਦੇ ਹੋਏ ਉਹ ਜੈਕਟ ਕੱਢ ਕੇ ਲਿਆ ਸਾਡੀ ਓਏ ਹੋਏ ਹੋਏ ਆ ਦੇਖੋ ਗਾਇਸ ਓਏ ਹੋਏ ਕਢਾਓ ਜੈਕਟ ਓਏ ਨਹੀਂ ਯਾਰ ਨਹੀਂ 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 ਬਰਫ਼ ਪੈਣੀ ਆ ਹਜੇ ਠੰਡ ਬਹੁਤ ਜ਼ਿਆਦਾ ਹੈ ਹੁਣ ਅਸੀਂ ਜੈਕਟ ਪਾਉਣ ਵਾਲੇ ਨੇ ਜੈਕਟ ਪਾਣੇ ਜੀ ਹੋਰ ਕੀ ਆ ਹੋਰ ਠੰਡ ਲੱਗੇ ਤੁਹਾਡੇ ਹੋਏ ਜੈਕਟ ਕੋਈ ਬਫਾ ਉਹਨਾਂ ਨੇ ਵੀ ਲੈ ਕਹਿੰਦਾ ਮੇਰੀ ਜੈਕਟ ਕੱਢ ਭਾਜੀ ਭਾਜੀ ਅੱਗੇ ਨਾ ਅੱਗੇ ਅੱਗੇ ਮੀਂਹ ਪੈ ਰਿਹਾ ਕਹਿੰਦੇ ਅੱਗੇ ਮੀਂਹ ਪੈ ਰਿਹਾ ਕਿੱਥੇ ਬਹੁਤ ਟੈਂਪਰੇਚਰ ਆਵੇ ਥਾਏ ਥੱਲੇ ਜਾਣਾ ਆਪਾਂ ਇਹ ਪਾਣੀ ਕੋਲ ਦੇਖ ਨਹਾਉਣਾ ਵੀ ਹੁੰਦਾ ਇੱਥੇ ਨਹਾਉਣਾ ਇੱਥੇ ਸਨਾਨ ਕਰਨਾ ਜਾਂ ਤੋੜੀ ਲੈ ਕੇ ਗੱਡੀ
ਆ ਲਿਆ ਆਪਣੇ ਸਾਰੇ ਨਹੀਂ ਅੱਗੇ ਹੋਈ ਲਗਾ 10 ਬਾਹ ਲਿਆ ਆਪਣਾ ਸਾਰਾ ਹੀ ਜਾ ਲਿਆ ਕਰੀਮ ਲੈ ਆਈ ਆਪਣੀ ਕੋਸ਼ਿਸ਼ ਕੀ ਦੇਖੇ ਤਾਂ ਹੁਣ ਇਹ ਲਾ ਕੇ ਠੰਡੇ ਪਾਣੀ ਸਾਰਾ ਤੇਲ ਲਾ ਸਾਰਾ ਜਾ ਬਾਈ ਓ ਨਹੀਂ ਯਾਰ ਲਾ ਸਾਰਾ ਤੇਲ ਆ ਦੇ ਆ ਦੇ ਆ ਖੁਸ਼ਕੀ ਦਾ ਮਾਰਿਆ ਹੀ ਆ ਨਾ ਆ ਕੇ ਠੰਡੇ ਪਾਣੀ ਦੇ ਕੀ ਪਤਾ ਲੱਗਣਾ ਮੈਨੂੰ ਚਮੁੰਡਾ ਦੇ ਵੀ ਆ ਗਏ ਗਾਇਸ ਸਹੀ ਗੱਲ ਹਵਨ ਕੁੰਡਾ ਬਾਰੇ ਇਹ ਪ੍ਰੋਜੈਕਟ ਵਾ ਇਹ ਪ੍ਰੋਜੈਕਟ ਬਣਦਾ ਆ ਬਣਾਉਣਾ ਆ ਬਹੁਤ ਵਧੀਆ ਹੋ ਰਿਹਾ ਗਾਇਜ਼ ਇੱਥੇ ਆਹ ਬਣ ਰਿਹਾ ਗਾਇਜ਼ ਆਹ ਦੇਖਿਓ ਯਾਰ ਹੋਇਆ ਹੋਇਆ ਬਹੁਤ ਵਧੀਆ ਬਣਾਉਣ ਲੱਗਿਆ ਗਾਇਜ਼ ਪੂਰਾ ਕੋਰੀਡੋਰ ਹੀ ਬਣ ਜਾਣਾ ਇਹ ਬਨਾਰਸ ਵਾਂਗੂ ਹੈ ਨਾ ਬਹੁਤ ਵਧੀਆ ਲੱਗ ਰਿਹਾ ਗਾਇਜ਼ ਔਰ ਮਿੱਠਾ ਵੀ ਬਹੁਤ ਵਧੀਆ ਲੱਗ ਰਿਹਾ ਉਹ ਉਦੋਂ ਕੀ ਹੋਇਆ ਸੀ ਜਦੋਂ ਫੋਟੋ ਕਰਨ ਆਇਆ ਪਹਿਲਾਂ ਆਪਣੇ ਮੂੰਹ ਤੇ ਸੀ ਫਿਰ ਕੈਮਰਾ ਉਧਰਲੇ ਪਾਸੇ ਕਰਤਾ ਉਦੋਂ ਕੀ ਹੋਇਆ ਸੀ ਸਹੀ ਗੱਲ ਹੈ ਆ ਸੁਮੀ ਖੜਾ ਅੱਛਾ ਇੱਥੇ ਹੀ ਰਹਿਣਾ ਅੱਜ ਨੀਤਨ ਆ ਆ ਆਫਿਸ ਕਲੱਬ ਮਿੰਦਰਾ ਆਏ ਆ ਗਾਇਸ ਕਹਿੰਦਾ ਆਊਟਸਾਈਡਰਸ ਨੂੰ ਕਮਰਾ ਅਲਾਊਡ ਨਹੀਂ ਹੈ ਕਹਿੰਦਾ ਕਹਿੰਦਾ ਆਊਟਸਾਈਡਰਸ ਨੂੰ ਅਲਾਊਡ ਨਹੀਂ ਹੈ ਕਹਿੰਦਾ ਕਮਰੇ ਐਡੀ ਬੇਇੱਜ਼ਤੀ ਲੱਗਿਓ ਕਹਿੰਦਾ ਕਮਰੇ ਜਾ ਕਹਿੰਦਾ ਉਹ ਮੈਨੂੰ ਕੱਟ ਕਰਨਾ ਪੈਣਾ ਹੁਣ ਕਰਦਾ ਹੀ ਯਾਰ ਛੱਡ ਕਿਹੜੇ ਤੇ ਇੱਥੇ ਨਾ ਬੈਠੋ ਬੈਡ ਦੇ ਉੱਤੇ ਮਾਮਾ ਦੇ ਜਿਵੇਂ ਕਹਿੰਦੇ ਇੱਥੇ ਬੈਠੋ ਉਹ ਬਲੌਗ ਹੋ ਗਿਆ ਬਲੌਗ ਗਾਇਸ ਚੌਧਰੀ ਢਾਬੇ ਪਹੁੰਚ ਚੁੱਕੇ ਆ ਇੰਨੀ ਨੀਂਦ ਆ ਰਹੀ ਹੈ ਨਾ ਇੰਨੀ ਜ਼ਿਆਦਾ ਨੀਂਦ ਆ ਰਹੀ ਹੈ ਸਾਲਿਆ ਅੱਜ ਸ਼ਕਲ ਦਿਖਾ ਦੇ ਵੇ ਸ਼ਕਲ ਤਾਂ ਦਿਖਾ ਦੇ ਉਹ ਤੇ ਸੁੱਤ ਸਾਲੇ ਓਏ ਹੋਏ ਦਿਲ ਤੇ ਉਹ ਝੰਡੇ ਦੇ ਕਰਤਾ ਦੇਖ ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਨਿਆ ਚਾਹ ਕਹੀ ਆ ਤੁਸੀਂ ਬਹੁਤ ਨੀਂਦ ਆਈ ਹੋਈ ਸੋ ਗਾਇਸ 2:30 ਵੱਜ ਗਏ ਆ ਅਸੀਂ ਆਲਮੋਸਟ ਹੁਸ਼ਿਆਰਪੁਰ ਆ ਤੇ ਵਧੀਆ ਦਿਨ ਗੁਜ਼ਰਿਆ ਅੱਜ ਮਾਤਾ ਰਾਣੀ ਦੇ ਵਧੀਆ ਦਰਸ਼ਨ ਹੋ ਗਏ ਵਧੀਆ ਸਿਸਟਮ ਸੈੱਟ ਹੋ ਗਿਆ ਧਰਮਸ਼ਾਲਾ ਵੀ ਘੁੰਮਿਆ ਹੈ ਸਹੀ ਹੋ ਗਿਆ ਨਾ ਸਿਸਟਮ ਸਾਰਾ ਬਹੁਤ ਵਧੀਆ ਹੋ ਗਿਆ ਠੀਕ ਹੋ ਗਿਆ ਵਧੀਆ ਹੋ ਗਿਆ ਵੈ ਸਿਸਟਮ ਵਧੀਆ ਨਾ ਤੇਰੇ ਭਰਾ ਦਾ ਮੱਥਾ ਟੇਕਣ ਜਾਓ ਨਾਲੇ ਟੇਕੋ ਨਾਲੇ ਟਕਾਓ ਭਾਈ ਉਹ ਰੂਮ ਜਿਹੜਾ ਲੈਣਾ ਸੀ ਨਾ ਅੱਧਾ ਦੇ ਲਈ ਲੈ ਲਿਆ ਚੱਲ ਕੋਈ ਗੱਲ ਨਹੀਂ ਚੱਲ ਚਲੋ
ਰੂਮ ਰਹਾ ਉਹ ਤਾਂ ਚਲੋ ਮਸਲਾ ਹੀ ਨਹੀਂ ਕੋਈ। ਚਲੋ ਗਾਇਸ ਹੁਣ ਘਰ ਜਾ ਕੇ ਮਿਲਦਾ, ਬਹੁਤ ਥਕਾਵਟ ਹੋ ਗਈ ਹੈ ਗਾਇਸ। तो गाइस अभी उठाऊं, एक बज गए, घर पे 3 बजे बजे, 3 बजे फिर आके मैं सो गया था, फिर अभी उठाऊं, नींद तो पूरी हो ही गई। बस अभी व्लॉग एडिट करना है, फिर आपसे मिलते हैं। बढ़िया लगा होगा, होप आपको ये वाला हमारा टूर। थैंक यू गाइस, फिर मुलाकात होगी कल। टिल देन लाइक करें, शेयर करें, सब्सक्राइब करें। हर हर महादेव, राधे राधे गाइस।